ਮੇਰੇ ਪਿੱਛੇ ਤੁਸੀਂ ਦੇਖ ਰਹੇ ਸਮਰ ਪੈਲਸ, ਉਹ ਸਮਰ ਪੈਲਸ ਆ ਜਿੱਥੇ ਬਹੁਤ ਸਾਰੀਆਂ ਪੁਰਾਤਨ ਵਿਰਾਸਤਾਂ ਪਈਆਂ ਨੇ, ਔਰ ਇਸ ਸਮਰ ਪੈਲਸ ਦੇ ਲਈ ਇੱਥੋਂ ਦੇ ਐਮ ਪੀ ਜਿਹੜੇ ਗੁਰਜੀਤ ਸਿੰਘ ਔਜਲਾ, ਉਹਨਾਂ ਨੇ ਪਾਰਲੀਮੈਂਟ ਵਿੱਚ ਗੱਲ ਵੀ ਰੱਖੀ ਸੀ ਕਿ ਬਹੁਤ ਜ਼ਰੂਰਤ ਹੈ ਇੱਥੇ ਕਿ ਟੂਰਿਸਟ ਬਹੁਤ ਆਉਂਦੇ ਇੱਥੇ। ਇੱਥੇ ਪੁਲਿਸ ਸਿਕਿਉਰਿਟੀ ਹੁੰਦੀ ਸੀ ਪਹਿਲਾਂ, ਇੱਥੇ ਨਸ਼ੇੜੀ ਬਹੁਤ ਘੁੰਮਦੇ ਆ, ਅਤੇ ਉਹ ਸਿਕਿਉਰਿਟੀ ਇਮੀਜੀਏਟਲੀ ਜਿਹੜਾ ਉੱਥੇ ਭੇਜੀ ਜਾਵੇ। ਪਰ ਬਹੁਤ ਦੁੱਖ ਦੀ ਗੱਲ ਆ ਕਿ ਜਿੱਥੇ ਏਡੇ ਏਡੇ ਲੀਡਰਾਂ ਨੂੰ ਸਿਕਿਉਰਟੀਆਂ ਦਿੱਤੀਆਂ ਵਾ, ਅਤੇ ਫਜ਼ੂਲ ਜਿਹੜੇ ਗਲਤ ਵਿਵਾਦਿਤ ਬਿਆਨ ਦਿੰਦੇ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ, ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਏਡਾ ਵੱਡਾ ਰਾਜ ਭਾਗ ਸਾਡਾ ਸਾਰਾ ਸ਼ਹਿਰ ਵਰਤਣ ਡਿਆ, ਅਤੇ ਉੱਥੇ ਸਿਕਿਉਰਟੀ ਨਾ ਹੋਵੇ, ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਗੱਲ ਕਰਦੇ ਹਾਂ ਨਾ, ਬੜੇ ਪ੍ਰਾਊਡ ਨਾਲ ਕਹਿੰਦੇ ਕਿ ਅਸੀਂ ਵਾਰਸ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ। ਬਹੁਤ ਗਲਤ ਗੱਲ ਹੈ ਕਿ ਤੁਸੀਂ ਸ਼ੇਰੇ ਪੰਜਾਬ ਨੂੰ ਰੱਖ ਕਿੱਥੋਂ ਤੱਕ ਦਿੱਤਾ, ਇੱਕ ਫੋਟੋਆਂ ਤੱਕ, ਮਗਰ ਫੋਟੋਆਂ ਲਾ ਦਿੰਦੇ ਹਾਂ ਜਦੋਂ ਕਿਤੇ ਬਰਸੀ ਆਉਂਦੀ ਹੈ, ਫੋਟੋਆਂ ਪਾ ਦਿੰਦੇ ਹਾਂ। ਇੱਥੇ ਹੀ ਕੰਪਨੀ ਬਾਗ ਜਿੱਥੇ ਸਾਰਾ ਸ਼ਹਿਰ ਵਰਤਦਾ ਇਸ ਨੂੰ, ਔਰ ਇੱਥੇ ਹਿੰਦੀ ਭਾਸ਼ਾ ਵੀ ਲਿਖੀ ਆ ਔਰ ਇੰਗਲਿਸ਼ ਭਾਸ਼ਾ ਵੀ ਲਿਖੀ ਆ, ਪੰਜਾਬੀ ਭਾਸ਼ਾ ਗਾਇਬ ਸੀ। ਔਰ ਜਦੋਂ ਇਸ ਗੱਲ ਨੂੰ ਮੈਂ ਇੱਥੋਂ ਦੇ ਜਿਹੜੇ ਗੁਰੂ ਨਗਰੀ ਦੇ ਐਮ ਪੀ ਨੇ ਗੁਰਜੀਤ ਸਿੰਘ ਔਜਲਾ, ਉਹਨਾਂ ਦੇ ਧਿਆਨ ਵਿੱਚ ਲਿਆਂਦਾ ਸੀ, ਕਹਿੰਦੇ ਜਿਸ ਨੇ ਕੰਮ ਕੀਤਾ ਉਸਦਾ ਨਾਂ ਲੈਣਾ ਚਾਹੀਦਾ, ਚੰਗੇ ਕੰਮ ਕੀਤੇ 'ਤੇ ਹਰ ਕਿਸੇ ਦੀ ਸ਼ਲਾਘਾ ਕਰਨੀ ਚਾਹੀਦੀ। ਮੈਂ ਜਦੋਂ ਜਦੋਂ ਵੀ ਇਲੈਕਸ਼ਨਾਂ ਤੋਂ ਪਹਿਲਾਂ ਉਹਨਾਂ ਨੂੰ ਜਿੱਥੇ ਵੀ ਰਿਕੁਐਸਟ ਕੀਤੀ ਸੀ ਉਹ ਜਾਂਦੇ ਸੀ, ਔਰ ਅੱਜ ਵੀ ਜਿੱਥੇ ਵਾਜਦੇ ਸੀ ਉਹ ਖਲੋਂਦੇ ਆ। ਅੱਜ ਬਹੁਤ ਖੁਸ਼ੀ ਹੋਈ ਇਹ ਜਿਹੜਾ ਔਜਲਾ ਸਾਹਿਬ ਜਿਹੜੇ ਇੱਥੋਂ ਦੇ ਐਮ ਪੀ ਨੇ ਤੀਸਰੀ ਵਾਰ, ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ, ਕਿਉਂਕਿ ਜਦੋਂ ਮਹਿਕਮੇ ਨੂੰ ਕਿਤੇ ਕਹੀਦਾ ਸੀ ਨਾ ਪ੍ਰਸ਼ਾਸਨ ਨੂੰ, ਤਾਂ ਕਹਿੰਦੇ ਜੀ ਉਹ ਦਿੱਲੀਓਂ ਬਣ ਕੇ ਆਉਣਾ, ਅੰਮ੍ਰਿਤਸਰ 'ਚੋਂ ਵੀ ਹਰ ਚੀਜ਼ ਬਣ ਜਾਂਦੀ ਆ, ਪਰ ਇਹ ਕੰਮ ਚਾਹੇ ਛੋਟਾ ਸੀ ਚਾਹੇ ਵੱਡਾ ਸੀ, ਪਰ ਇਹਦੇ ਵਿੱਚ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਹਾਡਾ, ਮੀਡੀਆ ਦਾ ਔਰ ਔਜਲਾ ਸਾਹਿਬ ਦਾ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਔਨ ਏਅਰ, ਮੈਂ ਸਿਮਰਦੀਪ ਸਿੰਘ। ਇਸ ਵਕਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੋ ਪੰਜਾਬ 'ਤੇ ਰਾਜ ਕਾਇਮ ਕਰਨ ਵਾਲੇ ਅਤੇ ਕੋਹੀਨੂਰ ਦੇ ਮਾਲਕ, ਉਹਨਾਂ ਦੀ ਵਿਰਾਸਤ 'ਤੇ ਖੜ੍ਹੇ ਹੈਗੇ ਆ। ਰਾਮ ਬਾਗ, ਇਸ ਨੂੰ ਕੰਪਨੀ ਬਾਗ ਵੀ ਆਖਿਆ ਜਾਂਦਾ, ਇਹ ਪਿੱਛੇ ਸਮਰ ਪੈਲਸ ਆ ਉਹਨਾਂ ਦਾ ਤਿਆਰ ਕੀਤਾ ਗਿਆ। ਚਾਹੇ ਗੱਲ ਕਰ ਲਈਏ ਅੱਜ ਤੋਂ ਕਈ ਹਜ਼ਾਰਾਂ ਸਾਲ ਪਹਿਲਾਂ, ਜ਼ਿਕਰ ਕਰੀਏ ਤਾਂ ਜ਼ਰੂਰ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇਹ ਸਮਰ ਪੈਲਸ ਹੈ ਇੱਥੇ ਤਿਆਰ ਕੀਤਾ ਗਿਆ ਸੀਗਾ। ਪਰ ਦੂਜੇ ਪਾਸੇ ਗੱਲ ਕਰ ਲਈ, ਅੱਜ ਤੋਂ ਕੁਝ ਚਿਰ ਪਹਿਲਾਂ ਇੱਥੇ ਇੱਕ ਖਬਰ ਲਗਾਈ ਗਈ ਸੀਗੀ ਕਿ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਲਿਖਿਆ ਗਿਆ ਹੈ, ਜੋ ਇਸ ਜਗ੍ਹਾ ਬਾਰੇ ਲਿਖਿਆ ਗਿਆ ਆ, ਇੱਥੋਂ ਆਪਣੇ ਪੰਜਾਬ ਦੇ ਵਿੱਚੋਂ ਪੰਜਾਬੀ ਅਲੋਪ ਸੀਗੀ। ਪਰ ਕਿਹਾ ਜਾਂਦਾ ਹੈ ਕਿ ਜਦੋਂ ਸਰਕਾਰ ਕੋਈ ਸ਼ਲਾਘਾਯੋਗ ਕੰਮ ਕਰੇ, ਜਦੋਂ ਕੋਈ ਮੰਤਰੀ ਸ਼ਲਾਘਾਯੋਗ ਕੰਮ ਕਰੇ, ਤਾਂ ਵੀ ਜ਼ਰੂਰ ਦਿਖਾਉਣਾ ਚਾਹੀਦਾ। ਖਾਸ ਕਰਕੇ ਇੱਥੇ ਤਿੰਨ ਭਾਸ਼ਾ ਦੇ ਵਿੱਚ ਇਸ ਜਗ੍ਹਾ ਦਾ ਜ਼ਿਕਰ ਕੀਤਾ ਗਿਆ। ਸਭ ਤੋਂ ਪਹਿਲਾਂ ਹਿੰਦੀ ਜਿਹੜੀ ਭਾਸ਼ਾ ਆਉਂਦੀ ਆ, ਚਾਹੇ ਅੱਜ ਭਾਰਤ ਦੇ ਵਿੱਚ ਬੋਲੀ ਜਾਂਦੀ ਆ, ਦੂਜੇ ਪਾਸੇ ਅੰਗਰੇਜ਼ੀ ਭਾਸ਼ਾ, ਤੀਜੇ ਨੰਬਰ 'ਤੇ ਆਪਣੀ ਜਿਹੜੀ ਆ ਇਹ ਪੰਜਾਬੀ ਭਾਸ਼ਾ ਦੇ ਵਿੱਚ ਇਸ ਜਗ੍ਹਾ 'ਤੇ ਪੱਥਰ ਲਗਾ ਦਿੱਤਾ ਗਿਆ। ਪਰ ਗੱਲ ਇਹ ਹੈਗੀ ਹੈ ਕਿ ਇਸ ਤੋਂ ਦੋ ਕੁ ਮਹੀਨੇ ਪਹਿਲਾਂ ਜੇਕਰ ਗੱਲ ਕਰਾਂ ਤਾਂ ਖਬਰ ਲਗਾਈ ਗਈ ਸੀਗੀ ਇੱਥੇ ਪੰਜਾਬੀ ਦਾ ਪੱਥਰ ਜਿਹੜਾ ਸੀਗਾ ਉਹ ਗਾਇਬ ਸੀਗਾ, ਅਤੇ ਜਦੋਂ ਇੱਥੋਂ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਪੱਥਰ ਦਿੱਲੀਓਂ ਆਉਣਾ ਆ। ਪਰ ਸਵਾਲ ਇਹ ਵੀ ਸੀਗਾ ਕਿ ਇਹ ਪੱਥਰ ਪੰਜਾਬ ਜਾਂ ਅੰਮ੍ਰਿਤਸਰ ਦੇ ਵਿੱਚ ਤਿਆਰ ਨਹੀਂ ਹੁੰਦਾ। ਉਸ ਤੋਂ ਬਾਅਦ ਇਹ ਮੁੱਦਾ ਸੋਨੂੰ ਜੰਡਿਆਲਾ ਸਮਾਜ ਸੇਵਕ ਵੱਲੋਂ ਚੁੱਕਿਆ ਗਿਆ। ਗੱਲਬਾਤ ਕਰਦੇ ਹਾਂ, ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਸ ਕਰਕੇ ਵਿਰਾਸਤਾਂ ਨੂੰ ਲੈ ਕੇ ਤੁਸੀਂ ਹਰ ਇੱਕ ਚੀਜ਼ ਧਿਆਨ ਦੇ ਵਿੱਚ ਰੱਖਦੇ ਹੋ। ਇਹ ਸਾਰਾ ਕਿਲ੍ਹਾ ਜਿਹੜਾ ਕਹਿ ਲਈਏ ਮਹਾਰਾਜਾ ਰਣਜੀਤ ਸਿੰਘ ਜੀ ਦਾ ਹੈਗਾ, ਇੱਥੇ ਕੋਈ ਵੀ ਮਾੜੀ ਘਟਨਾ ਵਾਪਰਦੀ ਹੈ, ਕੋਈ ਜਿਹੜਾ ਸਮਾਨ ਟੁੱਟਦਾ, ਖਾਸ ਕਰਕੇ ਤੁਸੀਂ ਧਿਆਨ ਦੇ ਵਿੱਚ ਲਿਆ ਕੇ ਮੰਤਰੀਆਂ ਤੱਕ ਜਾਂਦੇ ਹੋ। ਸੋ ਹੁਣ ਦੋ ਕੁ ਮਹੀਨੇ ਪਹਿਲਾਂ ਖਬਰ ਕੀਤੀ ਸੀਗੀ, ਹੁਣ ਇਹਦਾ ਖਬਰ ਦਾ ਅਸਰ ਦੇਖਣ ਨੂੰ ਮਿਲਿਆ। ਬਿਲਕੁਲ ਜੀ, ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇਹ
ਕੰਪਨੀ ਬਾਗ ਜਿੰਨਾ ਵੀ ਹੈ ਸਾਰੀ ਉਹਨਾਂ ਦੀ ਪ੍ਰੋਪਰਟੀ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ। ਔਰ ਇਹ ਮੇਰੇ ਪਿੱਛੇ ਤੁਸੀਂ ਦੇਖ ਰਹੇ ਸਮਰ ਪੈਲਸ, ਉਹ ਸਮਰ ਪੈਲਸ ਆ ਜਿੱਥੇ ਬਹੁਤ ਸਾਰੀਆਂ ਪੁਰਾਤਨ ਵਿਰਾਸਤਾਂ ਪਈਆਂ ਨੇ। ਔਰ ਇਸ ਸਮਰ ਪੈਲਸ ਦੇ ਲਈ ਇੱਥੋਂ ਦੇ MP ਜਿਹੜੇ ਗੁਰਜੀਤ ਸਿੰਘ ਔਜਲਾ, ਉਹਨਾਂ ਨੇ ਪਾਰਲੀਮੈਂਟ ਵਿੱਚ ਗੱਲ ਵੀ ਰੱਖੀ ਸੀ ਕਿ ਬਹੁਤ ਜ਼ਰੂਰਤ ਹੈ ਇੱਥੇ ਕਿ ਟੂਰਿਸਟ ਬਹੁਤ ਆਉਂਦੇ ਇੱਥੇ। ਔਰ ਦੂਜੀ ਗੱਲ, ਇੱਥੇ ਹੀ ਕੰਪਨੀ ਬਾਗ ਜਿੱਥੇ ਸਾਰਾ ਸ਼ਹਿਰ ਵਰਤਦਾ ਇਸ ਨੂੰ, ਔਰ ਇੱਥੇ ਹਿੰਦੀ ਭਾਸ਼ਾ ਵੀ ਲਿਖੀ ਆ ਔਰ ਇੰਗਲਿਸ਼ ਭਾਸ਼ਾ ਵੀ ਲਿਖੀ ਆ, ਪੰਜਾਬੀ ਭਾਸ਼ਾ ਗਾਇਬ ਸੀ। ਔਰ ਜਦੋਂ ਇਸ ਗੱਲ ਨੂੰ ਮੈਂ ਇੱਥੋਂ ਦੇ ਜਿਹੜੇ ਗੁਰੂ ਨਗਰੀ ਦੇ MP ਨੇ ਗੁਰਜੀਤ ਸਿੰਘ ਔਜਲਾ, ਉਹਨਾਂ ਦੇ ਧਿਆਨ ਵਿੱਚ ਲਿਆਂਦਾ ਸੀ, ਕਹਿੰਦੇ ਜਿਸ ਨੇ ਕੰਮ ਕੀਤਾ ਉਸਦਾ ਨਾਂ ਲੈਣਾ ਚਾਹੀਦਾ, ਚੰਗੇ ਕੰਮ ਕੀਤੇ 'ਤੇ ਹਰ ਕਿਸੇ ਦੀ ਸ਼ਲਾਘਾ ਕਰਨੀ ਚਾਹੀਦੀ। ਮੈਂ ਜਦੋਂ ਜਦੋਂ ਵੀ ਇਲੈਕਸ਼ਨਾਂ ਤੋਂ ਪਹਿਲਾਂ ਉਹਨਾਂ ਨੂੰ ਜਿੱਥੇ ਵੀ ਰਿਕੁਐਸਟ ਕੀਤੀ ਸੀ ਉਹ ਜਾਂਦੇ ਸੀ, ਔਰ ਅੱਜ ਵੀ ਜਿੱਥੇ ਵਾਜਦੇ ਸੀ ਉਹ ਖਲੋਂਦੇ ਆ। ਪਰ ਜਿਸ ਵੇਲੇ ਗੁਰਜੀਤ ਸਿੰਘ ਔਜਲਾ ਜੀ ਨੂੰ ਮੈਂ ਦੱਸਿਆ ਵੀ ਭਾਅ ਜੀ ਹੁਣ ਤਾਂ ਇਲੈਕਸ਼ਨ ਲੰਘ ਗਈ ਆ, ਅਤੇ ਪੰਜਾਬੀ ਭਾਸ਼ਾ 'ਤੇ ਇਹ ਇਮੀਡੀਏਟਲੀ ਸਰਦਾਰ ਔਜਲਾ ਜੀ ਨੇ ਇਹ ਜਿਹੜਾ ਇੱਥੇ ਲਵਾਇਆ ਵਾ, ਔਰ ਇਹਦੇ ਹੋਰ ਵੀ ਕੰਪਨੀ ਬਾਗ ਦੇ ਵਿੱਚ ਬਹੁਤ ਸਾਰੇ ਕੰਮ ਹੋਣ ਵਾਲੇ। ਔਰ ਮੈਂ ਦੱਸ ਦਿੰਦਾ ਕਿ ਇਹ ਅੱਧਾ ਸੈਂਟਰ ਸਰਕਾਰ ਦੇ ਅੰਡਰ ਆ, ਔਰ ਜਿੱਥੇ ਆਪਾਂ ਖਲੋਤੇ ਸੈਂਟਰ ਸਰਕਾਰ ਦੇ, ਔਰ ਪਰਲਾ ਜਿਹੜਾ ਉਹ ਪੰਜਾਬ ਸਰਕਾਰ ਦੇ ਅੰਡਰ ਆ। ਔਰ ਬਹੁਤ ਸਾਰੇ ਲੋਕਾਂ ਨੂੰ ਤਾਂ ਕਈਆਂ ਨੂੰ ਪਤਾ ਹੀ ਨਹੀਂ, ਕਈ ਆਣ ਕੇ ਇੱਥੇ ਵੀਡੀਓ ਬਣਾਉਣ ਡੇ ਪੈਂਦੇ ਆ, ਇਹ ਕੋਈ ਨੈਗੇਟਿਵ ਪੋਜ਼ਿਟਿਵ ਨਹੀਂ ਵਿਖਾਉਣਾ ਚਾਹੀਦਾ ਇੱਥੇ ਆਣ ਕੇ। ਜਿਹੜਾ ਕੰਮ ਆ ਔਰ ਸਰਕਾਰ ਦੇ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਣਾ ਚਾਹੀਦਾ, ਔਰ ਮੀਡੀਆ ਦੇ ਜ਼ਰੀਏ ਜਿਹੜਾ ਉਹ ਕੰਮ ਆ ਕਰਵਾਉਣਾ ਚਾਹੀਦਾ। ਔਰ ਸਭ ਤੋਂ ਵੱਡੀ ਗੱਲ ਕਿ ਮੀਡੀਆ ਦੇ ਜ਼ਰੀਏ ਹੀ ਇਹ ਜਿਹੜੀਆਂ ਗੱਲਾਂ ਵਾ ਸਾਡੇ ਨੁਮਾਇੰਦਿਆਂ ਤੱਕ ਪਹੁੰਚਦੀਆਂ ਵਾ, ਹੱਲ ਵੀ ਹੁੰਦਾ, ਔਰ ਇਹਦਾ ਅਸਰ ਦੇਖਣ ਨੂੰ ਮਿਲਿਆ। ਇਹ ਤੁਹਾਡੇ ਚੈਨਲਾਂ 'ਤੇ ਚੱਲੀ ਸੀ ਖਬਰ, ਔਰ ਇਸ ਖਬਰ ਦਾ ਅੱਜ ਤਾਂ ਹੀ ਤੁਹਾਨੂੰ ਰਿਕੁਐਸਟ ਕੀਤੀ ਤੁਸੀਂ ਆਏ। ਇਹ ਪੰਜਾਬੀ ਭਾਸ਼ਾ ਜਿਹੜੀ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਪੰਜਾਬ ਵਿੱਚ ਲਾਜ਼ਮੀ ਆ, ਔਰ ਬਹੁਤ ਵਾਰ ਤੁਸੀਂ ਖਬਰ ਕੀਤੀ ਅਤੇ ਪੰਜਾਬੀ ਭਾਸ਼ਾ ਜਿਹੜੀ ਸੀ ਨਹੀਂ ਲੱਗੀ, ਪਰ ਇਹ ਪੰਜਾਬੀ ਭਾਸ਼ਾ ਦਾ ਬੋਰਡ ਅੱਜ ਲੱਗ ਗਿਆ, ਬੜੀ ਖੁਸ਼ੀ ਹੋਈ, ਇਹ ਸਾਡੀ ਮਾਤਰ ਭਾਸ਼ਾ ਵਾ। ਬਿਲਕੁਲ, ਖਾਸ ਕਰਕੇ ਪੰਜਾਬ 'ਚ ਰਾਜ ਕਾਇਮ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ, ਉਹਨਾਂ ਦੇ ਪੰਜਾਬ 'ਚ ਹੀ ਪੰਜਾਬੀ ਨੂੰ ਆਪਾਂ ਭੁੱਲਦੇ ਜਾਵਾਂਗੇ ਤਾਂ ਕਿੱਦਾਂ ਚੱਲੇਗਾ? ਬਿਲਕੁਲ, ਦੇਖੋ ਐਡਾ ਵੱਡਾ ਸਮਰ ਪੈਲਸ ਜਿੱਥੇ ਬਾਹਰੋਂ ਦੂਰੋਂ ਦੂਰੋਂ ਟੂਰਿਸਟ ਆਉਂਦੇ ਆ, ਔਰ ਇੱਥੇ ਦੇ ਜੇਕਰ ਆਪਾਂ ਸਾਫ਼ ਸਫਾਈ ਦੀ ਗੱਲ ਕਰੀਏ ਬਹੁਤ ਬੁਰਾ ਹਾਲ ਆ, ਪਰ ਇੱਥੇ ਸਰਕਾਰ ਨੂੰ, ਪ੍ਰਸ਼ਾਸਨ ਨੂੰ ਚਾਹੀਦਾ ਇੱਧਰ ਧਿਆਨ ਦੇਵੇ, ਬਹੁਤ ਜ਼ਰੂਰਤ ਆ। ਅੱਜ ਜੇਕਰ ਅਸੀਂ ਗੱਲ ਕਰਦੇ ਹਾਂ ਨਾ, ਬੜੇ ਪ੍ਰਾਊਡ ਨਾਲ ਕਹਿੰਦੇ ਕਿ ਅਸੀਂ ਵਾਰਸ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ, ਬਹੁਤ ਗਲਤ ਗੱਲ ਹੈ ਕਿ ਤੁਸੀਂ ਸ਼ੇਰੇ ਪੰਜਾਬ ਨੂੰ ਰੱਖ ਕਿੱਥੋਂ ਤੱਕ ਦਿੱਤਾ? ਇੱਕ ਫੋਟੋਆਂ ਤੱਕ, ਮਗਰ ਫੋਟੋਆਂ ਲਾ ਦਿੰਦੇ ਹਾਂ ਜਦੋਂ ਕਿਤੇ ਬਰਸੀ ਆਉਂਦੀ ਆ, ਫੋਟੋਆਂ ਪਾ ਦਿੰਦੇ ਹਾਂ, ਪਰ ਉਹਨਾਂ ਦੀਆਂ ਵਿਰਾਸਤਾਂ, ਉਹਨਾਂ ਦੀਆਂ ਯਾਦਗਾਰਾਂ ਵੱਲ ਧਿਆਨ ਵੀ ਦਈਏ। ਅੱਜ ਬਹੁਤ ਖੁਸ਼ੀ ਹੋਈ, ਇਹ ਜਿਹੜਾ ਔਜਲਾ ਸਾਹਿਬ ਜਿਹੜੇ ਇੱਥੋਂ ਦੇ MP ਨੇ, ਤੀਸਰੀ ਵਾਰ, ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ, ਕਿਉਂਕਿ ਜਦੋਂ ਮਹਿਕਮੇ ਨੂੰ ਕਿਤੇ ਕਹੀਦਾ ਸੀ ਨਾ ਪ੍ਰਸ਼ਾਸਨ ਨੂੰ, ਤਾਂ ਕਹਿੰਦੇ ਜੀ ਉਹ ਦਿੱਲੀਓਂ ਬਣ ਕੇ ਆਉਣਾ, ਅੰਮ੍ਰਿਤਸਰ 'ਚ ਵੀ ਹਰ ਚੀਜ਼ ਬਣ ਜਾਂਦੀ ਆ, ਪਰ ਇਹ ਕੰਮ ਚਾਹੇ ਛੋਟਾ ਸੀ ਚਾਹੇ ਵੱਡਾ ਸੀ, ਪਰ ਇਹਦੇ ਵਿੱਚ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਹਾਡਾ, ਮੀਡੀਆ ਦਾ ਔਰ ਔਜਲਾ ਸਾਹਿਬ ਦਾ ਕਰਾਂਗੇ। ਔਰ ਬਹੁਤ ਸਾਰੇ ਕੰਮ ਆ ਜਿਹੜੇ ਵਿਰਾਸਤਾਂ ਦੇ, ਉਸ ਦੇ ਵਿੱਚ ਪਹਿਲਾਂ ਵੀ ਔਜਲਾ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ ਅਤੇ ਅੱਗੇ ਵੀ ਉਹਨਾਂ ਕੋਲ ਮਦਦ ਲਵਾਂਗੇ। ਬਿਲਕੁਲ, ਆਪਾਂ ਪਹਿਲਾਂ ਇੱਕ ਖਬਰ ਵੀ ਕੀਤੀ ਸੀ, ਨੈਗੇਟਿਵ ਤਰੀਕੇ ਨਾਲ ਕੀਤੀ ਸੀ, ਭਾਵੇਂ ਵਿੱਚ ਸਰਕਾਰ ਨੂੰ ਭੰਨਿਆ ਸੀਗਾ ਆਪਾਂ ਕਿ ਇੱਥੇ ਪੰਜਾਬੀ ਅਲੋਪ ਹੈਗੀ, ਪਰ ਜੇ ਸਰਕਾਰ ਸ਼ਲਾਘਾ ਹੀ ਉਹ ਕੰਮ ਵੀ ਕਰਦੀ ਹੈ, ਸਾਡਾ ਉਹ ਵੀ ਫਰਜ਼ ਆ ਮੀਡੀਆ ਦਾ ਕਿ ਉਹ ਵੀ ਕੰਮ ਦਿਖਾਇਆ ਜਾਵੇ। ਸੋ ਹੁਣ ਉਹ ਕੰਮ ਸਰਕਾਰ ਨੇ ਕੀਤਾ। ਸੋ ਖਾਸ ਕਰਕੇ ਜੋ ਵਿਰਾਸਤ ਹੈਗੀ ਹੈ ਸਮਰ ਪੈਲਸ ਹੈਗਾ, ਇਸ ਜਗ੍ਹਾ 'ਤੇ ਅੰਦਰ ਕਈ ਅਜਿਹੀਆਂ ਵਸਤੂਆਂ ਪਈਆਂ ਨੇ ਜੋ ਚਾਹੇ ਉਹ ਪੁਰਾਤਨ ਕਹਿ ਲਈਏ ਜਾਂ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਕਹਿ ਲਈਏ। ਸੋ ਉਸ ਨੂੰ ਲੈ ਕੇ ਇੱਥੇ ਕੋਈ ਵੀ ਸਿਕਿਉਰਿਟੀ ਦੇ ਪ੍ਰਬੰਧ ਨਹੀਂ ਹੈ। ਜੇਕਰ ਇੱਥੇ ਕੋਈ ਘਟਨਾ ਵਾਪਰ ਵੀ ਜਾਂਦੀ, ਬੀਤੇ ਦਿਨੀ ਕੁਝ ਕਹਿ ਲਈਏ, ਇੱਥੇ ਕੁਰਸੀਆਂ ਚੁੱਕੀਆਂ ਗਈਆਂ ਸੀਗੀਆਂ ਬਾਹਰੋਂ, ਹਾਂ, ਤਾਂ ਉਸ ਨੂੰ ਸਿਕਿਉਰਿਟੀ ਨੂੰ ਲੈ ਕੇ ਕੋਈ ਖਾਸ ਪ੍ਰਬੰਧ ਕੀਤੇ ਜਾਣਗੇ? ਬਿਲਕੁਲ ਜੀ, ਉਹ ਵੀ ਅਸੀਂ ਜਿਹੜਾ ਵਾ 3 ਮਹੀਨੇ ਤੋਂ ਉੱਪਰ ਹੋ ਗਿਆ ਵਾ, ਮੈਂ MP ਸਾਹਿਬ ਨੂੰ ਜਦੋਂ ਦੱਸਿਆ, ਉਹਨਾਂ ਨੇ ਇਮੀਡੀਏਟਲੀ ਇੱਕ ਲੈਟਰ ਜਿਹੜਾ ਵਾ ਕਮਿਸ਼ਨਰ ਸਾਹਿਬ ਨੂੰ ਲਿਖਿਆ ਸੀ ਕਿ ਇੱਥੇ ਪੁਲਿਸ ਸਿਕਿਉਰਿਟੀ ਹੁੰਦੀ ਸੀ ਪਹਿਲਾਂ, ਇੱਥੇ ਨਸ਼ੇੜੀ ਬਹੁਤ ਘੁੰਮਦੇ ਆ, ਅਤੇ ਉਹ ਸਿਕਿਉਰਿਟੀ ਇਮੀਡੀਏਟਲੀ ਜਿਹੜਾ ਉੱਥੇ ਭੇਜੀ ਜਾਵੇ। ਪਰ ਬਹੁਤ ਦੁੱਖ ਦੀ ਗੱਲ ਆ ਕਿ ਜਿੱਥੇ ਏਡੇ ਏਡੇ ਲੀਡਰਾਂ ਨੂੰ ਸਿਕਿਉਰਟੀਆਂ ਦਿੱਤੀਆਂ ਵਾ, ਅਤੇ ਫਜ਼ੂਲ ਜਿਹੜੇ ਗਲਤ ਵਿਵਾਦਿਤ ਬਿਆਨ ਦਿੰਦੇ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ, ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਏਡਾ ਵੱਡਾ ਰਾਜ ਭਾਗ ਸਾਡਾ ਸਾਰਾ ਸ਼ਹਿਰ ਵਰਤਣ ਡਿਆ,
ਅਤੇ ਉੱਥੇ ਸਿਕਿਉਰਿਟੀ ਨਾ ਹੋਵੇ, ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਔਰ ਬਹੁਤ ਦੁੱਖ ਵਾਲੀ ਗੱਲ ਹੈ, ਇਹਦੇ ਲਈ ਮੈਂ ਕਮਿਸ਼ਨਰ ਸਾਹਿਬ ਨੂੰ ਫਿਰ ਬੇਨਤੀ ਕਰੂੰ ਤੁਹਾਡੇ ਜ਼ਰੀਏ, ਔਰ ਆਪ ਵੀ ਮਿਲ ਕੇ ਕਹੂੰਗਾ ਕਿ ਇੱਥੇ ਜਿਹੜਾ ਸਿਕਿਉਰਿਟੀ ਆ ਉਹ ਭੇਜਣ। ਜੀ ਧੰਨਵਾਦ ਜੀ। ਸੋ ਬਿਲਕੁਲ ਕਹਿ ਲਈਏ, ਇੱਕ ਪਾਸੇ ਤਸਵੀਰ ਜ਼ਰੂਰ ਦਿਖਾਵਾਂਗਾ, ਇਹ ਉਹ ਸਮਰ ਪੈਲਸ ਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਬੁੱਤ ਤਿਆਰ ਕਰਕੇ, ਇੱਕ ਸੰਘਾਸਨ ਤਿਆਰ ਕਰਕੇ ਇਸ ਜਗ੍ਹਾ 'ਤੇ ਬਿਰਾਜਮਾਨ ਕੀਤਾ ਗਿਆ ਹੋਇਆ ਉਹਨੂੰ, ਤਾਂ ਕਿ ਇੱਕ ਯਾਦਗਾਰ ਜਿਹੜੀ ਆ ਉਹ ਤਾਜ਼ਾ ਹੋ ਸਕੇ। ਹਾਲਾਂਕਿ ਉਹਨਾਂ ਦੇ ਰਾਜ ਵਰਗਾ ਕੋਈ ਰਾਜ ਤਾਂ ਨਹੀਂ ਹੋ ਸਕਦਾ, ਪਰ ਅੱਜ ਪੰਜਾਬ ਜਿਹੜਾ ਆ ਉਹ ਜ਼ਰੂਰ ਛੇਵਾਂ ਦਰਿਆ ਨਸ਼ਿਆਂ ਦਾ ਬਣਦਾ ਜਾ ਰਿਹਾ, ਜਿੱਥੇ ਪੰਜਾਬ ਦੇ ਵਿੱਚ ਨਾ ਹੀ ਕੋਈ ਕ੍ਰਾਈਮ ਹੁੰਦਾ ਸੀ ਨਾ ਜੇਲ੍ਹਾਂ ਹੁੰਦੀਆਂ ਸੀਗੀਆਂ। ਅਜਿਹਾ ਰਾਜ ਅੱਜ ਵੀ ਪੰਜਾਬ ਦੇ ਲੋਕ ਸੂਰਮੇ ਤਰਸਦੇ ਹੈਗੇ ਨੇ, ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੋਚ 'ਤੇ ਚੱਲਣ ਵਾਲਿਆਂ ਨੂੰ। ਸੋ ਇੱਕ ਅਜਿਹਾ ਸੰਦੇਸ਼ ਕਹਿ ਲਈਏ ਜੋ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਤੋਂ, ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ 'ਚੋਂ ਹੀ ਮਿਲ ਸਕਦਾ ਆ। ਸੋ ਇਹ ਸ਼ਲਾਘਾਯੋਗ ਉਪਰਾਲਾ ਜੋ ਵੀ ਕੀਤਾ ਗਿਆ, ਅਸੀਂ ਧੰਨਵਾਦ ਕਰਦੇ ਹਾਂ। ਸਾਡੀ ਖਬਰ ਆਉਣ ਏਅਰ 'ਤੇ ਲੱਗੀ ਸੀਗੀ, ਸੋ ਉਸਦਾ ਵੀ ਅਸਰ ਦੇਖਣ ਨੂੰ ਮਿਲਿਆ। ਮੈਨੂੰ ਦਿਓ ਇਜਾਜ਼ਤ ਆਉਣ ਏਅਰ ਦੇ ਲਈ, ਸਿਮਰਦੀਪ ਸਿੰਘ ਅੰਮ੍ਰਿਤਸਰ।